ਤੇ ਸੂਬੇ ਦੀ ਨਿਗਰਦੀ ਕਾਨੂੰਨ ਵਿਵਸਥਾ ਅਤੇ ਔਰਤਾਂ ਦੇ ਖਿਲਾਫ਼ ਵੱਧ ਰਹੇ ਅਪਰਾਧ ਦੇ ਮੁੱਦੇ ਤੇ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਵਫਦ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਉਪਨੇਤਾ ਸਰਵਜੀਤ ਕੌਰ ਮਾੜੂਕੇ ਦੀ ਅਗਵਾਈ ਵਿੱਚ ਪੰਜਾਬ ਦੇ DGP ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਵਿਧਾਇਕ ਰੁਪਿੰਦਰ ਕੌਰ ਰੂਬੀ, ਕੁਲਵੰਤ ਪੰਡੋਰੀ ਅਤੇ ਮੀਤ ਹੇਰ ਵੀ ਮੌਜੂਦ ਸਨ। ਮੁਲਾਕਾਤ ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸਰਵਜੀਤ ਮਾੜੂਕੇ ਨੇ ਕਿਹਾ ਕਿ ਸੂਬੇ ਵਿੱਚ ਔਰਤਾਂ ਬਿਲਕੁਲ ਸੁਰੱਖਿਅਤ ਨਹੀਂ ਹਨ ਅਤੇ ਹਾਲ ਹੀ ਵਿੱਚ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਹੋਏ ਜ਼ਬਰ ਜਨਾਹ ਨੇ ਸੂਬੇ ਦੀ ਕਾਨੂੰਨ ਵਿਵਸਥਾ ਦੀ ਪੋਲ ਖੋਲ ਦਿੱਤੀ ਹੈ। ਉਹਨਾਂ ਕਿਹਾ ਕਿ ਆਪ ਦੇ ਵਫਦ ਨੇ DGP ਨੂੰ ਸੂਬੇ ਵਿੱਚ ਔਰਤਾਂ ਦੀ ਸੁਰੱਖਿਆ ਲਈ ਯਤਨ ਕਰਨ ਲਈ ਕਿਹਾ ਅਤੇ ਸੂਬੇ ਵਿੱਚ ਅਪਰਾਧ ਲਈ ਬਦਨਾਮ ਥਾਵਾਂ ਦੀ ਘੋਖ ਕਰਕੇ ਇਹਨਾਂ ਥਾਵਾਂ ਉੱਤੇ ਪੁਲਿਸ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ। ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ, ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਿਨ ਬ ਦਿਨ ਵੱਧ ਤੋਂ ਬੱਤਰ ਹੁੰਦੀ ਜਾ ਰਹੀ ਹੈ ਅਤੇ ਸਭ ਤੋਂ ਵੱਡਾ ਇਸ 'ਚ ਅੱਜ ਜੇ ਕੋਈ ਭੁਗਤ ਰਿਹਾ ਤਾਂ ਸਾਡੀਆਂ ਧੀਆਂ ਭੁਗਤ ਰਹੀਆਂ। ਕਿਤੇ ਮਾਈਨਰ ਆ, ਕਿਤੇ ਉਹਨਾਂ ਦੀ ਉਮਰ 21 ਸਾਲ ਦੀ ਆ। ਹਰ ਰੋਜ਼ ਆਪਾਂ ਇੱਕ ਵੱਡੇ ਹਾਦਸੇ ਨੂੰ ਦੇਖਦੇ ਆ ਰਹੇ ਹਾਂ, ਪੜ੍ਹਦੇ ਆ ਰਹੇ ਹਾਂ। ਮੁਕਤਸਰ, ਅੰਮ੍ਰਿਤਸਰ, ਫਲੌਰ, ਲੁਧਿਆਣਾ ਪਿੱਛੇ ਜੇ ਹੋ ਕੇ ਹਟਿਆ। ਇਸ ਚੀਜ਼ ਨੂੰ ਅਸੀਂ ਹੁਣ ਅਖਬਾਰ ਦੀ ਖਬਰ ਪੜ੍ਹ ਕੇ ਬੰਦ ਕਰਤਾ, ਸੁਣਨਾ ਬੰਦ ਕਰਤਾ। ਪਰ ਜਿਹੜੀਆਂ ਪੀੜਤਾਂ ਹੁੰਦੀਆਂ, ਜਿਨ੍ਹਾਂ ਦੇ ਮਾਂ ਬਾਪ ਦੇ ਬੱਚੇ ਨਾਲ ਇਹ ਘਟਨਾ ਹੋਈ ਹੁੰਦੀ ਆ, ਸਮਝ ਨਹੀਂ ਆਉਂਦੀ ਉਹਨਾਂ ਨੂੰ ਕੌਣ ਰਿਲੀਫ ਕਰੇਗਾ ਅਤੇ ਕਿਸ ਤਰ੍ਹਾਂ ਦੀ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ। ਸਾਡੇ ਲੁਧਿਆਣੇ ਦੇ ਵਿੱਚ ਪਿੱਛੇ ਜੇ ਇੱਕ ਗੈਂਗਰੇਪ ਹੋਇਆ, ਜਿਸ ਦੇ ਵਿੱਚ ਉਹ ਸਭ ਤੋਂ ਮਾੜੀ ਗੱਲ ਇਹ ਹੈ ਕਿ ਉਹ ਅੱਜ ਮੌਜੂਦਾ MP ਰਵਨੀਤ ਸਿੰਘ ਬਿੱਟੂ ਦਾ ਗੋਦ ਲਿਆ ਹੋਇਆ ਪਿੰਡ ਆ, ਉਹ ਪਿੰਡ ਦੀ ਇੰਨੀ ਮਾੜੀ ਅਤੇ ਖਸਤਾ ਹਾਲਤ ਆ, ਉੱਥੇ ਉਹਨਾਂ ਨੇ ਕਦੇ ਗੇੜਾ ਮਾਰਨਾ ਵੀ ਕੋਸ਼ਿਸ਼ ਨਹੀਂ ਕੋਸ਼ਿਸ਼ ਨਹੀਂ ਕੀਤੀ। ਉਸ ਏਰੀਏ ਦੇ ਵਿੱਚ ਇੱਕ ਲੜਕੀ ਆਪਣੇ ਫਰੈਂਡ ਨਾਲ ਘੁੰਮਣ ਜਾ ਰਹੀ ਸੀ ਜਾਂ ਕੁਛ ਖਾਣ ਪੀਣ ਜਾ ਰਹੇ ਹੋਣੇ ਬੱਚੇ, ਅਤੇ ਉਹਨੂੰ ਲੜਕੇ ਪਕੜ ਕੇ ਲੈ ਗਏ। ਮਾੜੀ ਦੁਰਘਟਨਾਵਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ। ਪਿਛਲੇ ਦਿਨੀ ਆਹੀ ਲੁਧਿਆਣੇ ਦੇ ਵਿੱਚ ਇੰਨੀ ਮਾੜੀ ਦੁਰਘਟਨਾ ਹੋਈ ਜਿੱਥੇ ਅਸੀਂ ਪੰਜਾਬ ਨੂੰ ਕਹਿੰਦੇ ਹਾਂ ਕਿ ਇੱਕ ਪਵਿੱਤਰ ਧਰਤੀ ਹੈ, ਗੁਰੂਆਂ ਭਰੀਆਂ ਪੀਰਾਂ ਦੀ ਧਰਤੀ ਹੈ, ਜਿੱਥੇ ਅਸੀਂ ਗੁਰਬਾਣੀ ਦਾ ਕੁਛ ਲੋਕ ਪੜ੍ਹਦੇ ਹਾਂ, ਜਿਉਂ ਕਿਉਂ ਮੰਦਾ ਆਖੀਏ ਜਿੱਤ ਜੰਮ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਅਤੇ ਉੱਥੇ ਲੇਡੀਜ਼ ਨਾਲ ਇੰਨੀਆਂ ਮਾੜੀਆਂ ਦੁਰਘਟਨਾਵਾਂ ਹੋ ਰਹੀਆਂ ਹੈ। ਅਸੀਂ DGP ਸਾਹਿਬ ਨੂੰ ਅੱਜ ਮਿਲ ਕੇ ਆਏ ਹਾਂ, ਉਹਨਾਂ ਨੇ ਜਿਵੇਂ ਕਿ ਦੱਸਿਆ ਕਿ ਅਸੀਂ ਸਟ੍ਰਿਕਨੈਸ, ਅਸੀਂ ਕਿਹਾ ਵੀ ਜਿਹੜੇ ਇਲਾਕਿਆਂ 'ਚ ਇੱਦਾਂ ਹੋ ਰਿਹਾ, ਜਿੱਥੇ ਤੁਹਾਨੂੰ ਲੱਗਦਾ ਕਿ ਤੁਸੀਂ ਪਹਿਲਾਂ ਹੀ ਮੁਸਤੈਦੀ, ਕਿਉਂ ਨਹੀਂ ਪਹਿਲਾਂ ਹੀ ਕਿਉਂ ਨਹੀਂ ਇਸ ਚੀਜ਼ ਦਾ ਧਿਆਨ ਰੱਖਦੇ, ਇੱਕ ਤਾਂ ਉੱਥੇ ਸਟ੍ਰਿਕਨੈਸ ਵਧਾਈ ਜਾਵੇ। ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਸੀਂ ਸਟ੍ਰਿਕਨੈਸ ਵਧਾਵਾਂਗੇ ਉਹਨਾਂ ਉਹਨਾਂ ਏਰੀਆ ਦੇ ਵਿੱਚ।